ਤੁਸੀਂ ਕੁਕਿੰਗ ਵੀ ਆਪਣੀ ਸਿੱਖ ਕੇ ਆਓ, ਇਹਦੇ ਨਾਲ ਤੁਸੀਂ ਆਪ ਤਾਂ ਵਧੀਆ ਖਾਓਗੇ ਖਾਓਗੇ, ਬਾਕੀ ਤੁਹਾਨੂੰ ਇਹਦਾ ਸਫ਼ਰ ਵੀ ਨਹੀਂ ਕਰਨਾ ਪਏਗਾ। ਹੈਲੋ, ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ। ਤੁਹਾਡਾ ਮੇਰੇ ਅੱਜ ਦੇ ਬਲੌਗ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਮੇਰਾ ਅੱਜ ਦਾ ਬਲੌਗ ਹੈ ਸਕਿੱਲਸ 'ਤੇ, ਕਿ ਜੇ ਤੁਸੀਂ ਇੰਡੀਆ ਦੇ ਵਿੱਚ ਬੈਠੇ ਹੋ ਅਤੇ ਹਾਲੇ ਤੁਹਾਡੀ ਐਪਲੀਕੇਸ਼ਨ ਪ੍ਰੋਸੈਸ ਦੇ ਵਿੱਚ ਆ ਅਤੇ ਤੁਸੀਂ ਵੇਟ ਕਰ ਰਹੇ ਹੋ ਕਿ ਥੋੜ੍ਹਾ ਟਾਈਮ ਲੱਗ ਰਿਹਾ ਜਾਂ ਤੁਹਾਡੀ ਪ੍ਰੋਸੈਸ ਨੂੰ, ਤਾਂ ਤੁਹਾਨੂੰ ਕਿਹੜੀਆਂ ਕਿਹੜੀਆਂ ਸਕਿੱਲਸ ਉਸ ਟਾਈਮ ਦੇ ਵਿੱਚ ਸਿੱਖਣੀਆਂ ਚਾਹੀਦੀਆਂ ਨੇ। ਸਭ ਤੋਂ ਪਹਿਲੀ ਸਕਿੱਲ ਜਿਹੜੀ ਜ਼ਰੂਰੀ ਹੈ ਕੈਨੇਡਾ ਆਉਣ ਤੋਂ ਪਹਿਲਾਂ, ਉਹ ਹੈ ਕਮਿਊਨੀਕੇਸ਼ਨ। ਜੇ ਤੁਸੀਂ ਇੰਟਰੈਕਟਿਵ ਨਹੀਂ ਹੈਗੇ, ਥੋੜ੍ਹੇ ਇੰਟਰੋਵਰਟ ਹੋ, ਤਾਂ ਤੁਹਾਨੂੰ ਥੋੜ੍ਹੀ ਇੱਥੇ ਆ ਕੇ ਦਿੱਕਤ ਹੋ ਸਕਦੀ ਆ, ਕਿਉਂਕਿ ਜੋਬਸ ਜਿਹੜੀਆਂ ਵੀ ਲੱਭਣੀਆਂ ਨੇ ਉਹ ਜ਼ਿਆਦਾਤਰ ਰੈਫਰੈਂਸ ਬੇਸਡ ਹੁੰਦੀਆਂ ਨੇ, ਕੰਟੈਕਟ ਬੇਸਡ ਹੁੰਦੀਆਂ ਨੇ, ਅਤੇ ਜੇ ਤੁਸੀਂ ਇੰਨੇ ਇੰਟਰੈਕਟਿਵ ਨਹੀਂ ਹੈਗੇ ਤਾਂ ਉਹ ਤੁਹਾਨੂੰ ਥੋੜ੍ਹੀ ਦਿੱਕਤ ਦੇ ਸਕਦੀ ਹੈ। ਤਾਂ ਤੁਸੀਂ ਜਿੰਨਾ ਚਿਰ ਇੰਡੀਆ 'ਚ ਹੋ, ਤੁਸੀਂ ਆਪਣੇ ਕਮਿਊਨੀਕੇਸ਼ਨ 'ਤੇ ਵਰਕ ਕਰ ਸਕਦੇ ਹੋ। ਸੈਕਿੰਡ ਚੀਜ਼ ਜਿਹੜੀ ਮੈਨੂੰ ਲੱਗਦੀ ਆ ਫੀਮੇਲਸ ਲਈ, ਜਿੱਦਾਂ ਪਾਰਲਰ ਦੀਆਂ ਐਕਟੀਵਿਟੀਜ਼ ਨੇ, ਗਰੂਮਿੰਗ ਅਪ, ਵੈਕਸਿੰਗ, ਥਰੈਡਿੰਗ ਵਗੈਰਾ, ਤੁਸੀਂ ਪਹਿਲਾਂ ਤਾਂ ਬੇਸਿਕ ਚੀਜ਼ਾਂ ਸਿੱਖ ਕੇ ਆਓ। ਇਹਦੇ ਨਾਲ ਤੁਸੀਂ ਆਪਣੇ ਪੈਸੇ ਤਾਂ ਬਚਾ ਹੀ ਸਕਦੇ ਹੋ, ਬਟ ਮਾਰਕੀਟ ਪਲੇਸ 'ਤੇ ਤੁਸੀਂ ਆਪਣੀ ਐਡ ਵਗੈਰਾ ਪਾ ਕੇ ਇਹਦੇ ਨਾਲ ਪੈਸੇ ਕਮਾ ਵੀ ਸਕਦੇ ਹੋ, ਕਿਉਂਕਿ ਜ਼ਿਆਦਾਤਰ ਇਹ ਚੀਜ਼ਾਂ ਐਕਸਪੈਂਸਿਵ ਨੇ, ਅਤੇ ਜਿਵੇਂ ਆਪਣੇ ਪੰਜਾਬੀ ਭੈਣਾਂ ਉਹ ਚਾਹੁੰਦੀਆਂ ਨੇ ਕਿ ਉਹਨਾਂ ਨੂੰ ਘੱਟ ਪੈਸੇ 'ਤੇ ਵਧੀਆ ਸਰਵਿਸ ਮਿਲੇ, ਤਾਂ ਤੁਸੀਂ ਇਹ ਕੰਮ ਆਪਣਾ ਸਾਈਡ ਬਾਏ ਚਲਾ ਸਕਦੇ ਹੋ। ਅਤੇ ਬਾਕੀ ਕੈਨੇਡਾ ਇੱਕ ਬਹੁਤ ਹੀ ਓਪਨ ਕੰਟਰੀ ਹੈ, ਜੇ ਤੁਹਾਡੇ ਕੋਲ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸਕਿੱਲ ਹੈ ਤਾਂ ਉਸਨੇ ਤੁਹਾਨੂੰ ਕਿਸੇ ਨਾ ਕਿਸੇ ਫੋਰਮ 'ਚ ਫਾਇਦਾ ਜ਼ਰੂਰ ਦੇਣਾ ਹੈ, ਕਿਉਂਕਿ ਇਹ ਸਕਿੱਲਸ ਨੂੰ ਬਹੁਤ ਪ੍ਰਮੋਟ ਕਰਦੇ ਨੇ ਅਤੇ ਸਕਿੱਲਸ ਨਾਲ ਤੁਸੀਂ ਬਹੁਤ ਤਰ੍ਹਾਂ ਦੀ ਜੋਬਸ ਵੀ ਅਪਲਾਈ ਕਰ ਸਕਦੇ ਹੋ। ਬਾਕੀ ਮੈਂ ਤੁਹਾਨੂੰ ਪਹਿਲਿਆਂ ਵਾਲੀ ਵੀਡੀਓਸ 'ਚ ਵੀ ਦੱਸਿਆ ਸੀ ਕਿ ਸਕਿੱਲ ਸਟੇਟਸ ਬਹੁਤ ਇੰਪੋਰਟੈਂਟ ਨੇ, ਜਿਵੇਂ ਇਲੈਕਟ੍ਰੀਸ਼ੀਅਨ ਹੋ ਗਿਆ, ਪਲੰਬਰ ਹੋ ਗਿਆ, ਜੇ ਤੁਹਾਨੂੰ ਇਹ ਕੰਮ ਦੇ ਵਿੱਚ ਥੋੜ੍ਹਾ ਬਹੁਤ ਇੰਟਰਸਟ ਹੈ, ਤੁਸੀਂ ਇਹ ਕੰਮ ਸਿੱਖ ਕੇ ਆ ਸਕਦੇ ਹੋ ਅਤੇ ਇੱਥੇ ਉਹ ਵੀ ਪਰਸਿਊ ਕਰ ਸਕਦੇ ਹੋ। ਅਤੇ ਇੱਕ ਹੋਰ ਚੀਜ਼, ਜਿਵੇਂ ਇੱਥੇ ਆਪਾਂ ਇਕੱਲੇ ਆਉਂਦੇ ਹਾਂ ਮੋਸਟ ਆਫ ਦੀ ਟਾਈਮਸ, ਤਾਂ ਕੁਕਿੰਗ ਦੇ ਵਿੱਚ ਕਈਆਂ ਨੂੰ ਬਹੁਤ ਦਿੱਕਤ ਹੁੰਦੀ ਹੈ। ਤੁਸੀਂ ਕੁਕਿੰਗ ਵੀ ਆਪਣੀ ਸਿੱਖ ਕੇ ਆਓ, ਇਹਦੇ ਨਾਲ ਤੁਸੀਂ ਆਪ ਤਾਂ ਵਧੀਆ ਖਾਓਗੇ ਖਾਓਗੇ, ਬਾਕੀ ਤੁਹਾਨੂੰ ਇਹਦਾ ਸਫ਼ਰ ਵੀ ਨਹੀਂ ਕਰਨਾ ਪਏਗਾ ਅਤੇ ਤੁਹਾਡੇ ਬਾਹਰ ਵੀ ਪੈਸੇ ਬਚਣਗੇ। ਆਪਾਂ ਬਾਹਰ ਜ਼ਿਆਦਾ ਪੈਸੇ ਸਪੈਂਡ ਕਰਦੇ ਹਾਂ ਘਰ 'ਚ ਖਾਣ ਨਾਲੋਂ, ਗਰੋਸਰੀ 'ਤੇ ਇੰਨਾ ਖਰਚਾ ਨਹੀਂ ਹੁੰਦਾ ਜਿੰਨਾ ਆਪਾਂ ਬਾਹਰ ਜਦੋਂ ਜਾਂਦੇ ਹਾਂ। ਪਰ ਮੀਲ ਕੋਸਟ ਹਾਈ ਹੁੰਦੀ ਆ, ਤਾਂ ਨਵੇਂ ਨਵੇਂ ਜਦੋਂ ਆਉਂਦੇ ਹਾਂ ਆਪਾਂ ਹਰ ਇੱਕ ਚੀਜ਼ 'ਚ ਕੋਸਟ ਕਟਿੰਗ ਕਰਦੇ ਹਾਂ, ਤਾਂ ਇਹ ਵੀ ਇੱਕ ਤਰੀਕਾ ਕੋਸਟ ਕਟਿੰਗ ਕਰਨ ਦਾ। ਸੋ ਇਹ ਸੀਗੇ ਕੁਝ ਬੇਸਿਕ ਸਕਿੱਲਸ ਜਿਹੜੇ ਤੁਹਾਡੇ ਕੋਲ ਹੋਣੇ ਚਾਹੀਦੇ ਨੇ, ਜਿਹੜੇ ਤੁਹਾਨੂੰ ਹੈਲਪ ਕਰਦੇ ਨੇ ਇਨ ਵਨ ਵੇ ਔਰ ਅਨਦਰ। ਅਤੇ ਮੈਂ ਇੱਕ ਫੀਮੇਲਸ ਨੂੰ ਹੋਰ ਰਿਕਮੈਂਡ ਕਰੂੰਗੀ, ਕੱਪੜੇ ਸਿਉਣੇ ਜੇ ਤੁਹਾਨੂੰ ਆਉਂਦੇ ਨੇ ਤਾਂ ਇੱਕ ਬਹੁਤ ਵਧੀਆ ਸਕਿੱਲ ਆ, ਕਿਉਂਕਿ ਇੱਥੇ ਜੇ ਆਪਾਂ ਇੱਕ ਸੂਟ ਦੀ ਸਟਿਚਿੰਗ ਕਰਵਾਉਂਦੇ ਹਾਂ ਉਹ $100 ਆ, ਵਿਚ ਇਜ਼ ਲਾਈਕ 5,000 ਰੁਪਏ ਇੰਡੀਆ ਦੇ। ਜੇ ਤੁਹਾਨੂੰ ਉਹ ਚੀਜ਼ ਆਉਂਦੀ ਆ ਤਾਂ ਤੁਹਾਨੂੰ ਕਈ ਜੋਬਸ ਆ ਕੇ ਜਿਹਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਡਿਊਰਿੰਗ ਯੂਅਰ ਸਟੱਡੀ, ਕਿਉਂਕਿ ਹਰ ਇੱਕ ਕੋਲ ਇੱਕ ਨਹੀਂ ਹੁੰਦਾ, ਅਤੇ ਤੁਹਾਨੂੰ ਬਾਕੀਆਂ ਦੇ ਕੰਪੈਰੀਜ਼ਨ ਤੁਹਾਡੇ ਕੋਲ ਇੱਕ ਅਪਰ ਹੈਂਡ ਹੈ ਕਿ ਤੁਸੀਂ ਉਹ ਚੀਜ਼ ਵੀ ਕਰ ਸਕਦੇ ਹੋ। ਇੱਕ ਹੋਰ ਸਕਿੱਲ ਜਿਹੜਾ ਬਹੁਤ ਇੰਪੋਰਟੈਂਟ ਹੈ, ਉਹਦਾ ਡਰਾਈਵਿੰਗ। ਤੁਸੀਂ ਇੰਡੀਆ 'ਚ ਡਰਾਈਵਿੰਗ ਸਿੱਖ ਕੇ ਆਓ। ਇੱਕ ਤਾਂ ਇੱਥੇ ਡਰਾਈਵਿੰਗ ਕਲਾਸਿਸ ਦੀ ਕੋਸਟ ਬਹੁਤ ਜ਼ਿਆਦਾ ਹੁੰਦੀ ਹੈ, ਜਿਵੇਂ $50 ਪਰ ਕਲਾਸ, ਅਤੇ ਇਸ ਨਾਲ ਕੀ ਆ, ਜੇ ਤੁਸੀਂ ਇੰਡੀਆ ਦੇ ਵਿੱਚ ਲਾਇਸੈਂਸ ਬਣਾ ਲੈਂਦੇ ਹੋ ਤਾਂ ਤੁਹਾਡਾ ਟਾਈਮ ਵੀ ਬਚਦਾ, ਇੱਥੇ ਤੁਹਾਡਾ ਇੰਸ਼ੋਰੈਂਸ 'ਚ ਵੀ ਫਾਇਦਾ ਹੁੰਦਾ, ਤੁਹਾਨੂੰ ਸਿੱਧਾ ਕਲਾਸ 5 ਲਾਇਸੈਂਸ ਮਿਲਦਾ ਬੀਸੀ ਦੇ ਵਿੱਚ, ਤਾਂ ਇੱਕ ਬਹੁਤ ਹੀ ਵਧੀਆ ਸਕਿੱਲ ਹੈ। ਇੱਕ ਮੈਂ ਹੋਰ ਸਕਿੱਲ 'ਤੇ ਫੋਕਸ ਕਰੂੰਗੀ, ਉਹ ਹੈਗੀ ਹੈ ਸਵਿਮਿੰਗ। ਜਿਵੇਂ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਨਦੀਆਂ ਨੇ ਅਤੇ ਇੱਥੇ ਵਾਟਰ ਐਕਟੀਵਿਟੀਜ਼ ਜਿਹੜੀਆਂ ਤੁਸੀਂ ਬੜੀਆਂ ਵਧੀਆ ਇੰਜੋਏ ਕਰ ਸਕਦੇ ਹੋ, ਪਰ ਉਹ ਬਿਨਾਂ ਡਰੇ ਤੁਸੀਂ ਤਾਂ ਹੀ ਇੰਜੋਏ ਕਰ ਸਕਦੇ ਹੋ ਜੇ ਤੁਹਾਨੂੰ ਸਵਿਮਿੰਗ ਆਉਂਦੀ ਆ, ਤਾਂ ਸਵਿਮਿੰਗ ਤੁਸੀਂ ਜ਼ਰੂਰ ਸਿੱਖ ਕੇ ਆਓ, ਕਿਉਂਕਿ ਇੱਥੇ ਮੋਸਟਲੀ ਬੱਚਿਆਂ ਦੀਆਂ ਸਵਿਮਿੰਗ ਕਲਾਸਿਸ ਤਾਂ ਹੁੰਦੀਆਂ ਨੇ ਪਰ ਅਡਲਟਸ ਦੀਆਂ ਸਵਿਮਿੰਗ ਕਲਾਸਿਸ, ਉਹਨਾਂ ਨੂੰ ਲੱਗਦਾ ਕਿ ਤੁਸੀਂ ਆਲਰੇਡੀ ਸਵਿਮਿੰਗ ਸਿੱਖੀ ਹੋਈ ਆ। ਇੱਥੇ ਮੋਸਟ ਆਫ ਦੀ ਬੱਚਿਆਂ ਨੂੰ ਛੋਟੇ ਹੁੰਦੇ ਸਵਿਮਿੰਗ ਸਿਖਾ ਦਿੱਤੀ ਜਾਂਦੀ ਆ, ਤਾਂ ਸਵਿਮਿੰਗ ਆਪਣੀ ਸਿੱਖ ਕੇ ਆਓ, ਉਹਦੇ ਨਾਲ ਤੁਸੀਂ ਹੋਰ ਐਕਸਪਲੋਰ ਕਰ ਸਕਦੇ ਹੋ ਅਤੇ ਇੰਜੋਏ ਵੀ ਕਰ ਸਕਦੇ ਹੋ ਨੇਚਰ ਨੂੰ। ਇਹ ਸੀਗਾ ਮੇਰਾ ਅੱਜ ਦਾ ਵਲੌਗ, ਤੁਹਾਨੂੰ ਕਿਵੇਂ ਲੱਗਿਆ ਮੈਨੂੰ ਲਾਈਕ ਸਬਸਕ੍ਰਾਈਬ ਅਤੇ ਕਮੈਂਟ ਜ਼ਰੂਰ ਕਰਿਓ ਅਤੇ ਆਪਣੇ ਵਿਊ ਪੁਆਇੰਟ ਜ਼ਰੂਰ ਦੱਸਿਓ, ਅਤੇ ਮੈਂ ਕੋਸ਼ਿਸ਼ ਕਰਾਂਗੀ ਹੁਣ ਹੋਰ ਫ੍ਰੀਕੁਐਂਟ ਵਲੌਗਸ ਲਿਆਉਣ ਲਈ ਅਤੇ ਹੋਰ ਇਨਫੋਰਮੇਸ਼ਨ ਦੇਣ ਲਈ। ਧੰਨਵਾਦ।